ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਅੱਜ ਮਹਾਨ ਸੂਰਬਈ ਯੋਧੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਜੀ ਨੂੰ ਅਤੇ ਆਪ ਦੇ ਪਰਿਵਾਰ ਨੂੰ ਟੀਵੀ 84 ਦੀ ਪੂਰੀ ਟੀਮ ਵੱਲੋਂ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ। ਵਿਅਰਸ, ਅੱਜ ਅਸੀਂ ਟੀਵੀ 84 ਦੇ ਪਹਿਲੇ ਸੈਗਮੈਂਟ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਤੇ ਕੁਰਬਾਨੀ ਬਾਰੇ ਗੱਲਬਾਤ ਕਰਾਂਗੇ ਆਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਪ੍ਰਿੰਸੀਪਲ ਸਾਹਿਬ, ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ, ਤੁਸੀਂ ਇਸ ਦਿਹਾੜੇ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹਨਾਂ ਦੀ ਕੁਰਬਾਨੀ, ਇਹਨਾਂ ਦੀ ਸ਼ਖਸੀਅਤ ਜਾਂ ਇਸ ਹਿਸਟਰੀ ਜਿਹੜੀ ਸੀ ਉਹਨਾਂ ਨੇ ਉਸ ਟਾਈਮ ਦੀ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਪੂਰੇ ਵੇਰਵੇ ਸਾਰੀ ਜਾਣਕਾਰੀ ਦਿਓ ਤੇ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਸਿੱਖ ਸੰਸਾਰ ਨੂੰ ਮੈਂ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ, ਉਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਜੀ, ਸਿਆਣੇ ਕਹਿੰਦੇ ਹਨ ਜ਼ਿੰਦਗੀ ਬਹੁਤ ਕੀਮਤੀ ਚੀਜ਼ ਹੈ, ਇਸ ਨੂੰ ਬਚਾਉਣਾ ਚਾਹੀਦਾ ਹੈ, ਪਰ ਕਈ ਵਾਰ ਐਸਾ ਸਮਾਂ ਆ ਜਾਂਦਾ ਹੈ ਜਦ ਜ਼ਿੰਦਗੀ ਨੂੰ ਬਚਾਉਣ ਲਈ ਮਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਕੁਰਬਾਨ ਹੋਣ ਨਾਲ ਸਦਾ ਲਈ ਅਮਰ ਹੋ ਜਾਂਦਾ ਹੈ, ਕਈ ਮਰ ਕੇ ਵੀ ਸਦੀਆਂ ਤੱਕ ਜਿਉਂਦੇ ਹਨ, ਕਈ ਜਿਉਂਦੇ ਵੀ ਮੁਰਦੇ ਤੁਰੇ ਫਿਰਦੇ ਹਨ। ਸੰਸਾਰ ਪ੍ਰਸਿੱਧ ਫਿਲਾਸਫਰ ਸ਼ੇਕਸਪੀਅਰ ਦਾ ਕਥਨ ਹੈ, ਡਰਪੋਕ ਆਦਮੀ ਮਰਨ ਤੋਂ ਪਹਿਲਾਂ ਕਈ ਵਾਰ ਮਰਦੇ ਹਨ, ਪਰ ਸੂਰਵੀਰ ਮਨੁੱਖ ਇੱਕੋ ਵਾਰ ਮਰਦੇ ਹਨ। ਸ਼ਹੀਦ ਸਦਾ ਜਿਉਂਦੇ ਰਹਿੰਦੇ ਹਨ, ਸ਼ਹੀਦ ਆਪ ਹੀ ਜਿਉਂਦੇ ਨਹੀਂ ਰਹਿੰਦੇ ਬਲਕਿ ਕੌਮਾਂ ਨੂੰ ਵੀ ਜੀਵਨ ਪ੍ਰਦਾਨ ਕਰਦੇ ਹਨ। ਤਾਂ ਕਿਸੇ ਦਾ ਕਥਨ ਹੈ, ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ, ਵੋ ਮੌਤ ਵੀ ਹਯਾਤ ਹੈ। ਐਸੇ ਮਹਾਨ ਸੂਰਵੀਰ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਮਤ 1747, ਜਨਵਰੀ 1682 ਨੂੰ ਮਾਤਾ ਜੀਵਨੀ ਜੀ ਦੀ ਕੁੱਖੋਂ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਭਗਤਾ ਜੀ ਦੇ ਘਰ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ ਸੀ। ਸੰਨ 1699 ਦੀ ਵਿਸਾਖੀ ਨੂੰ ਸਰਵੰਸ ਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ। ਪੰਜਾਂ ਸਿੰਘਾਂ ਵੱਲੋਂ ਸੀਸ ਭੇਟ ਕਰਨ ਦੀ ਵਾਰਤਾ, ਦਸ਼ਮੇਸ਼ ਪਿਤਾ ਦੇ ਇਸ ਮੌਕੇ ਕੀਤੇ ਕੌਤਕ ਤੇ ਪੰਜਾਂ ਨੂੰ ਖੰਡੇ ਵਾਟੇ ਦਾ ਪਲ ਛਕਾ ਕੇ ਪੰਜ ਪਿਆਰੇ ਸਾਜਣ ਦੀ ਵਾਰਤਾ ਪੰਜਾਬ ਦੇ ਪਿੰਡ ਪਿੰਡ ਵਿੱਚ ਫੈਲ ਗਈ। ਅਗਲੀ ਵਿਸਾਖੀ ਤੇ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਪਿੰਡਾਂ ਵਿੱਚੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਸਿੱਖ ਪੁੱਜੇ। 18 ਸਾਲਾਂ ਦਾ ਗੱਭਰੂ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨ ਲਈ ਚਾਈ ਚਾਈ ਆਇਆ। ਦਸ਼ਮੇਸ਼ ਪਿਤਾ ਨੇ ਪੰਜਾਂ ਸਿੰਘਾਂ ਵਿੱਚ ਜਥੇਦਾਰ ਦੇ ਰੂਪ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਹ ਅੰਮ੍ਰਿਤ ਦੀ ਦਾਤ ਦੀਪੇ ਨੂੰ ਵੀ ਪ੍ਰਾਪਤ ਹੋਈ ਤੇ ਉਸਦਾ ਨਾਮ ਦੀਪ ਸਿੰਘ ਰੱਖਿਆ ਗਿਆ। ਆਨੰਦਪੁਰ ਸਾਹਿਬ ਵਿੱਚ ਗੁਰੂ ਘਰ ਦੀ ਮਾਨ ਮਰਿਆਦਾ, ਕੀਰਤਨ ਕਥਾ, ਲੰਗਰ, ਸਿੰਘਾਂ ਦੀ ਬਹਾਦਰੀ ਦੇ ਕੌਤਕ ਦੇਖ ਕੇ ਬਾਬਾ ਦੀਪ ਸਿੰਘ ਜੀ ਇੰਨੇ ਪ੍ਰਭਾਵਿਤ ਹੋਏ ਕਿ ਮਾਤਾ ਪਿਤਾ ਤੋਂ ਆਗਿਆ ਲੈ ਕੇ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਕੁਝ ਸਮੇਂ ਲਈ ਆਨੰਦਪੁਰ ਹੀ ਰਹਿ ਪਏ। ਲਗਭਗ 4 ਸਾਲ ਬਾਬਾ ਦੀਪ ਸਿੰਘ ਜੀ 22 ਸਾਲ ਦੀ ਉਮਰ ਤੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਰਹਿੰਦਿਆਂ ਹੋਇਆ ਹਰ ਕਿਸਮ ਦੀ ਵਿਦਿਆ ਪ੍ਰਾਪਤ ਕੀਤੀ ਔਰ ਗੁਰਮੁਖੀ ਅੱਖਰਾਂ ਦਾ ਗਿਆਨ ਤੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਹੋ ਕੇ ਬਾਬਾ ਜੀ ਦੀ ਲਿਖਾਈ ਇਤਨੀ ਸੁੰਦਰ ਹੋ ਗਈ ਸੀ ਕਿ ਮੋਤੀਆਂ ਵਾਂਗ ਲਿਖਦੇ ਸਨ ਔਰ ਸਤਿਗੁਰੂਆਂ ਨਾਲ ਸ਼ਿਕਾਰ ਖੇਡਦਿਆਂ ਸ਼ੇਰ ਮਾਰਨ ਦਾ ਸੁਭਾਗ ਵੀ ਬਾਬਾ ਦੀਪ ਸਿੰਘ ਜੀ ਨੂੰ ਪ੍ਰਾਪਤ ਹੋਇਆ। ਅਜੇ 22 ਸਾਲ ਦੀ ਉਮਰ ਹੋਈ ਸੀ ਕਿ ਮਾਤਾ ਪਿਤਾ ਆਨੰਦਪੁਰ ਸਾਹਿਬ ਆਏ ਤੇ ਦੀਪੇ ਦਾ ਵਿਆਹ ਕਰਨ ਲਈ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਨਾਲ ਚਲੇ ਗਏ। ਅਜੇ ਬਾਬਾ ਦੀਪ ਸਿੰਘ ਦਾ ਆਨੰਦ ਕਾਰਜ ਹੋਣਾ ਹੀ ਸੀ ਜਾਂ ਪਿੱਛੇ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਔਰ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਵਿਛੜ ਗਿਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਗੁਰੂ ਪਾਤਸ਼ਾਹ ਚਮਕੌਰ ਸਾਹਿਬ ਮੁਕਤਸਰ ਦੀ ਜੰਗ ਲੜਨ ਤੋਂ ਬਾਅਦ ਮਾਲਵੇ ਦੀ ਧਰਤੀ ਤੇ ਜਾ ਪੁੱਜੇ ਸਨ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਖ਼ਬਰ ਮਿਲੀ, ਵਿਆਹ ਦਾ ਵਿਚਾਰ ਪਿੱਛੇ ਹੀ ਛੱਡ ਕੇ ਉਹਨਾਂ ਨੇ ਆਪਣਾ ਘੋੜਾ ਲਿਆ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲੱਭਣ ਲਈ ਮਾਲਵੇ ਦੀ ਧਰਤੀ ਤੇ ਚਲੇ ਗਏ। ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਜਾ ਕੇ ਸੀਸ ਭੇਟ ਕੀਤਾ ਔਰ ਮਾਫ਼ੀ ਮੰਗੀ, ਸੱਚੇ ਪਾਤਸ਼ਾਹ ਔਖੇ ਸਮੇਂ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗਲੇ ਲਵਾਇਆ ਤੇ ਹੁਕਮ ਕੀਤਾ, ਦੀਪ ਸਿੰਘ ਤੁਹਾਡੇ ਜਿੰਮੇ ਭਾਈ ਮਨੀ ਸਿੰਘ ਜੀ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਦੀ ਸੇਵਾ ਲਾਉਣੀ ਹੈ, ਤੁਸੀਂ ਭਾਈ ਮਨੀ ਸਿੰਘ ਨਾਲ
ਇੱਥੇ ਰਹਿ ਕੇ ਬਾਣੀ ਦਾ ਪ੍ਰਚਾਰ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਸਮਾਂ ਪੈਣ ਤੇ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਣਾ ਹੈ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਸਾਰੀ ਜ਼ਿੰਦਗੀ ਦਮਦਮਾ ਸਾਹਿਬ ਦੀ ਧਰਤੀ ਤੇ ਰਹੇ, ਜਿੱਥੇ ਉਹਨਾਂ ਨੇ ਰੱਜ ਕੇ ਧਰਮ ਪ੍ਰਚਾਰ ਕੀਤਾ, ਅਨੇਕਾਂ ਸਿੱਖਾਂ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ, ਉੱਥੇ ਸਮੇਂ ਸਮੇਂ ਤੇ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਰਹੇ। ਸੰਨ 1709 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਆਏ ਤੇ ਬਾਬਾ ਦੀਪ ਸਿੰਘ ਜੀ ਸਿੰਘਾਂ ਦਾ ਇੱਕ ਵੱਡਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਿਲ ਹੋਏ। ਸਰਹੰਦ ਤੇ ਸਢੌਰਾ ਆਦਿ ਫਤਿਹ ਕਰਨ ਸਮੇਂ ਵੱਧ ਚੜ ਕੇ ਯੋਗਦਾਨ ਪਾਇਆ। ਸੰਨ 1746 ਈਸਵੀ ਵਿੱਚ ਸਿੰਘਾਂ ਦਾ ਖੁਰਾ ਖੋਜ ਮਕਾਨ ਦੇ ਲਈ ਖੁਰਾ ਖੋਜ ਮਿਟਾਉਣ ਦੇ ਲਈ ਜਦੋਂ ਜਕਰੀਆ ਖਾਨ, ਜਈਆ ਖਾਨ ਤੇ ਹਿੰਦੂ ਦੀਵਾਨ ਲਖਪਤ ਰਾਏ ਨੇ ਕਾਨੂੰਵਾਲ ਦੇ ਜੰਗਲ ਵਿੱਚ ਇਕੱਠੇ ਹੋਏ ਸਿੰਘਾਂ ਨੂੰ ਸ਼ਾਹੀ ਫੌਜਾਂ ਤੇ ਮਲਖਾਈਏ ਦੁਆਰਾ ਘੇਰ ਲਿਆ ਤੇ ਉਸ ਵਕਤ ਇਨਸਾਨੀਅਤ ਦਾ ਤਿਆਗ ਕਰਕੇ ਜੰਗਲ ਨੂੰ ਅੱਗ ਲਾ ਦਿੱਤੀ। ਸਿੰਘ ਲੜਦੇ ਭਿੜਦੇ ਹੋਏ ਬਾਹਰ ਨਿਕਲੇ ਔਰ ਬਾਬਾ ਦੀਪ ਸਿੰਘ ਜੀ ਵੀ ਆਪਣੇ ਜਥੇ ਸਮੇਤ ਬਚੇ ਹੋਏ ਸਿੰਘਾਂ ਨਾਲ ਬਾਹਰ ਨਿਕਲ ਕੇ ਬਿਆਸਾ ਕੰਢੇ ਵੈਰੀ ਨਾਲ ਟੱਕਰ ਲਈ। ਢਿੱਡੋਂ ਭੁੱਖੇ ਸਰੀਰਾਂ ਤੇ ਜ਼ਖਮ, ਉੱਥੋਂ ਸੂਰਜ ਦੀ ਗਰਮੀ, ਥੱਲੇ ਤਪੀ ਹੋਈ ਧਰਤੀ, ਪੈਰੀ ਛਾਲੇ, ਇਹ ਸਭ ਕਸ਼ਟ ਸਹਿੰਦੇ ਹੋਏ ਬਾਬਾ ਜੀ ਕੁਝ ਸਿੰਘਾਂ ਸਣੇ ਵਾਪਸ ਮਾਲਵੇ ਦੀ ਧਰਤੀ ਤੇ ਪੁੱਜ ਗਏ। ਜਦੋਂ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਸਮੁੱਚਾ ਪੰਥ ਖਾਲਸਾ ਇਕੱਠਾ ਹੋਇਆ ਤੇ 12 ਮਿਸਲਾਂ ਵਿੱਚ ਵੰਡਿਆ ਗਿਆ, ਉਸ ਵੇਲੇ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਜਥੇ ਦੇ ਜਥੇਦਾਰ ਬਣੇ। ਇਸ ਮਿਸਲ ਦੇ ਵਿੱਚ ਕਈ ਸਿੰਘ ਲਿਖਾਰੀ, ਕੀਰਤਨੀਆਂ ਤੇ ਵਿਦਵਾਨ ਵੀ ਸਨ। ਸੰਨ 1756 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਨੀ ਬੇਗਮ ਦੇ ਸੱਦੇ ਤੇ ਹਿੰਦੁਸਤਾਨ ਤੇ ਚੌਥਾ ਹਮਲਾ ਕੀਤਾ। ਮਥੁਰਾ, ਵਿੰਦਰਾਵਨ, ਆਗਰਾ ਤੇ ਦਿੱਲੀ ਨੂੰ ਲੁੱਟ ਕੇ ਵਾਪਸ ਆਪਣੇ ਦੇਸ਼ ਨੂੰ ਪਰਤਿਆ। ਉਸਦੇ ਪਾਸ ਹਜ਼ਾਰਾਂ ਪਸ਼ੂਆਂ ਤੇ ਲੱਦਿਆ ਹੋਇਆ ਸੋਨਾ, ਚਾਂਦੀ ਤੇ ਕੀਮਤੀ ਸਮਾਨ ਸੀ। ਹਜ਼ਾਰਾਂ ਹਿੰਦੂ ਤੇ ਮੁਸਲਮਾਨ ਨੌਜਵਾਨ ਵਿਆਹੀਆਂ ਤੇ ਅਣਵਿਆਹੀਆਂ ਇਸਤਰੀਆਂ ਨੂੰ ਗੱਡਿਆਂ ਤੇ ਲੱਦ ਕੇ ਕੈਦੀ ਬਣਾ ਕੇ ਆਪਣੇ ਦੇਸ਼ ਵਾਸੀਆਂ ਨਾਲ ਮਨ ਪਰਚਾਵੇ ਲਈ ਲਿਜਾ ਰਿਹਾ ਸੀ। ਖਾਲਸੇ ਨੇ ਫੈਸਲਾ ਕੀਤਾ ਕਿ ਅਬਦਾਲੀ ਪਾਸੋਂ ਦੇਸ਼ ਦੀ ਇੱਜ਼ਤ ਵੀ ਖਾਉਣੀ ਹੈ ਤੇ ਦੇਸ਼ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਵੀ ਹਰ ਕੀਮਤ ਤੇ ਬਚਾਉਣੀ ਹੈ। ਬਾਬਾ ਦੀਪ ਸਿੰਘ ਜੀ ਦੇ ਜਥੇ ਦੀ ਡਿਊਟੀ ਕੁਰੂਕਸ਼ੇਤਰ ਪਾਸ ਲੱਗੀ ਪਿੱਪਲੀ ਤੇ ਮਾਰਕੰਡੇ ਦਰਿਆ ਦੇ ਵਿਚਾਲੇ। ਬਾਬਾ ਦੀਪ ਸਿੰਘ ਜੀ ਨੇ ਜਦੋਂ ਭਾਰਤੀ ਮੁਟਿਆਰਾਂ ਦੇ ਖੀਰ ਨੇ ਹਾਹਾਕਾਰ ਦੀਆਂ ਆਵਾਜ਼ਾਂ ਸੁਣੀਆਂ, ਆਪਣੇ ਜਥੇ ਨੂੰ ਹੁਕਮ ਕੀਤਾ ਕਿ ਦੁਸ਼ਮਣ ਦਲ ਤੇ ਪੈ ਜਾਓ। ਇਹੋ ਬਾਬਾ ਜੀ ਦੇ ਜਥੇ ਦੇ ਸਿੰਘਾਂ ਨੇ ਪਹਿਲੇ ਦਿਨ ਦੌਰਾਨੀ ਲੁਟੇਰੇ ਦਾ ਭਾਰ ਹੌਲਾ ਕੀਤਾ ਔਰ 300 ਦੇ ਕਰੀਬ ਭਾਰਤੀ ਸੁੰਦਰ ਬੀਬੀਆਂ ਤੇ 100 ਕੁ ਸੁੰਦਰ ਭਾਰਤੀ ਬੱਚੇ ਤੜਕੇ ਦੌਰਾਨੀ ਦੀ ਕੈਦ ਚੋਂ ਆਜ਼ਾਦ ਕਰਾਏ। ਇਸ ਤੋਂ ਅਗਲੇ ਦਿਨ 2200 ਬੀਬੀਆਂ ਛੁਡਾਈਆਂ ਗਈਆਂ। ਕੋਈ ਮਰਾਠਾ, ਕੋਈ ਰਾਜਪੂਤ, ਕੋਈ ਜਾਟ ਜਾਂ ਕੋਈ ਰੋਹਿਲਾ ਇਹਨਾਂ ਮਜ਼ਲੂਮਾਂ ਦੀ ਮਦਦ ਤੇ ਨਾ ਪਹੁੰਚਿਆ। ਗੁਰੂ ਕੇ ਸ਼ੇਰ ਸਿੰਘਾਂ ਨੇ ਇਹਨਾਂ ਮਜ਼ਲੂਮਾਂ ਨੂੰ ਛੁਡਾਇਆ ਹੀ ਨਹੀਂ, ਸਗੋਂ ਕੋਲੋਂ ਖਰਚਾ ਦੇ ਕੇ ਵਾਪਸ ਐਡਰੈਸ ਪੁੱਛ ਕੇ ਘਰੇ ਘੋਰੀ ਪਹੁੰਚਾਇਆ ਵੀ। ਉਸ ਵੇਲੇ ਇਹ ਕਹਾਵਤ ਆਮ ਬਣ ਗਈ ਸੀ ਕਿ ਰਨ ਗਈ ਬਸਰੇ ਨੂੰ ਗਈ, ਵੀ ਮੋੜੀ ਬਾਬਾ ਕਛ ਵਾਲਿਆ, ਵੀ ਮੋੜੀ ਬਾਬਾ ਡਾਂਗ ਵਾਲਿਆ। ਇੱਥੋਂ ਤੱਕ ਕਿ ਬੂਹੇ ਆਏ ਨੀ ਨਿਹੰਗ, ਬੂਹਾ ਖੋਲ ਦੋ ਨਿਸੰਗ, ਇਹ ਕਹਾਵਤਾਂ ਪੰਜਾਬ ਦੇ ਵਿੱਚ ਬਣ ਚੁੱਕੀਆਂ ਸਨ। ਇਹ ਸਾਰੀ ਕੁਰਬਾਨੀ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਸ਼ਹੀਦ ਯੋਧਿਆਂ ਅਤੇ ਉਹਨਾਂ ਦੇ ਸਾਥੀਆਂ ਦੀ ਸੀ। ਵਾਪਸ ਜਾਂਦਾ ਹੋਇਆ ਅਬਦਾਲੀ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਬਣਾ ਗਿਆ। ਜਹਾਨ ਖਾਨ ਨੂੰ ਸੈਨਾਪਤੀ ਨੂੰ ਹੁਕਮ ਦੇ ਗਿਆ ਕਿ ਸਿੱਖਾਂ ਦਾ ਖੁਰਾ ਖੋਜ ਮਿਟਾਇਆ ਜਾਵੇ। ਸਿੰਘਾਂ ਨੇ ਸਿੰਘਾਂ ਦੇ ਸ਼ਹਿਰ ਅੰਮ੍ਰਿਤਸਰ ਤੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਤਹਿ ਢੇਰੀ ਕਰਨ ਤੇ ਸਰੋਵਰ ਨੂੰ ਮਲਬੇ ਨਾਲ ਪੂਰਨ ਦਾ ਹੁਕਮ ਦਿੱਤਾ। ਜਹਾਨ ਖਾਨ ਨੇ ਆਲੇ ਦੁਆਲੇ ਦੇ ਮਕਾਨ ਢਾ ਕੇ ਪਵਿੱਤਰ ਸਰੋਵਰ ਪੂਰ ਦਿੱਤਾ ਤੇ ਹਰਿਮੰਦਰ ਸਾਹਿਬ ਦੀ ਸ਼ਾਨਦਾਰ ਬਿਲਡਿੰਗ ਨੂੰ ਵੀ ਗਿਰਾ ਦਿੱਤਾ ਗਿਆ। ਮਗਰੋਂ ਸਖ਼ਤ ਫੌਜੀ ਪਹਿਰਾ ਲਾ ਕੇ ਵਾਪਸ ਲਾਹੌਰ ਪਰਤ ਗਿਆ। ਜਦੋਂ ਇਹ ਖਬਰ ਬਾਬਾ ਦੀਪ ਸਿੰਘ ਜੀ ਨੂੰ ਮਾਲਵੇ ਦੀ ਧਰਤੀ ਤੇ ਪਹੁੰਚੀ, ਇਹ ਖਬਰ ਸੁਣ ਕੇ ਬਾਬਾ ਜੀ ਦੇ ਤਨ ਤੇ ਬਦਨ ਵਿੱਚ ਭਾਂਬੜ ਭਰ ਉੱਠੇ। ਉਹਨਾਂ ਦੇ ਸਰੀਰ ਚ ਬਿਜਲੀ ਜਿਹੀ ਦੌੜ ਗਈ। ਨਗਾਰਚੀ ਨੂੰ ਨਗਾਰੇ ਤੇ ਚੋਟ ਲਾਉਣ ਦਾ ਹੁਕਮ ਦਿੱਤਾ ਤੇ ਡੇਰੇ ਤੇ ਨਗਰ ਦੇ ਸਾਰੇ ਸਿੰਘ ਇਕੱਠੇ ਹੋ ਗਏ। ਸਿੰਘਾਂ ਨੂੰ ਸੋਧਨ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਹਾਲਾਤ ਦੱਸੇ ਅਤੇ ਮੌਤ ਲਾੜੀ ਨੂੰ ਮਰਨ ਲਈ ਸ਼ਹੀਦਾਂ ਦੀ ਜੰਜ ਚਾੜਨ ਦੀ ਤਿਆਰੀ ਕੀਤੀ। ਸਿੰਘ ਚਿੱਟੇ ਵਸਤਰ ਸਜਾ ਕੇ ਸ਼ਹੀਦ ਦੀ ਜਾਨੇ ਬੰਨ ਕੇ ਤਿਆਰ ਹੋਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਨ। ਬਾਬਾ ਜੀ ਦਾ ਇਹ ਹੁਕਮ ਸੁਣ ਕੇ
ਸਿੰਘਾਂ ਨੇ ਜੈਕਾਰੇ ਛੱਡੇ, ਸ਼ਹੀਦੀ ਜੰਜ ਵਿੱਚ ਸ਼ਾਮਿਲ ਹੋਣ ਲਈ ਪ੍ਰਣ ਕੀਤੇ ਤੇ ਬਾਬਾ ਜੀ ਦਾ ਹੁਕਮ ਪਿੰਡੋ ਪਿੰਡ ਸਭ ਸਿੱਖਾਂ ਤੱਕ ਪਹੁੰਚਾਇਆ। ਬਾਬਾ ਜੀ ਦੇ ਹੁਕਮ ਨੂੰ ਸੁਣ ਕੇ ਲਗਭਗ 500 ਸਿੰਘਾਂ ਦਾ ਜਥਾ ਦਮਦਮਾ ਸਾਹਿਬ ਵਿਖੇ ਇਕੱਤਰ ਹੋਇਆ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲਕੀਰ ਖਿੱਚ ਕੇ ਹੁਕਮ ਦਿੱਤਾ ਕੇਵਲ ਉਹੀ ਲਕੀਰ ਟੱਪੇ ਜਿਹਨੇ ਧਰਮ ਤੋਂ ਜਾਨ ਮਾਰਨੀ ਹੈ, ਜਿਹਨੇ ਸ਼ਹੀਦੀ ਦਾ ਜਾਮ ਪੀਣਾ ਹੈ ਤੇ ਯੁੱਧ ਵਿੱਚ ਪਿੱਠ ਨਹੀਂ ਲਗਾਉਣੀ। ਇੱਧਰ ਜਾ ਉੱਧਰ ਦੀ ਲਲਕਾਰ ਸੁਣ ਕੇ ਸਾਰੇ ਸਿੰਘ ਲਕੀਰ ਟੱਪ ਗਏ ਤੇ ਬਾਬਾ ਜੀ ਦੀ ਸਰਦਾਰੀ ਹੇਠ ਸ੍ਰੀ ਅੰਮ੍ਰਿਤਸਰ ਵੱਲ ਨੂੰ ਚੱਲ ਪਏ। 500 ਦੇ ਕਰੀਬ ਇਹ ਜਥਾ ਰਸਤੇ ਵਿੱਚ ਹੋਰ ਸਿੱਖ ਵੀ ਮਿਲਦੇ ਗਏ ਔਰ ਤਰਨ ਤਾਰਨ ਸਾਹਿਬ ਪੁੱਜਣ ਤੱਕ ਸਿੰਘਾਂ ਦੀ ਗਿਣਤੀ 5000 ਹੋ ਗਈ ਸੀ। ਸਿੰਘਾਂ ਦੇ ਇਸ ਇਕੱਠ ਦੀਆਂ ਖਬਰਾਂ ਜਦੋਂ ਲਾਹੌਰ ਦਰਬਾਰ ਵਿੱਚ ਪਹੁੰਚੀਆਂ, ਜਹਾਨ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ 20,000 ਫੌਜ ਲੈ ਕੇ ਉਹ ਵੀ ਸ੍ਰੀ ਅੰਮ੍ਰਿਤਸਰ ਪੁੱਜ ਗਿਆ। ਅੰਮ੍ਰਿਤਸਰ ਤੋਂ 5 ਮੀਲ ਦੀ ਦੂਰੀ ਤੇ ਜਹਾਨ ਖਾਨ ਦੀ ਫੌਜ ਨਾਲ ਟਾਕਰਾ ਹੋਇਆ। ਸਿੰਘਾਂ ਨੇ ਐਸੀ ਬਹਾਦਰੀ ਨਾਲ ਖੰਡਾ ਖੜਕਾਇਆ ਕਿ ਜਹਾਨ ਖਾਨ ਦੀਆਂ ਫੌਜਾਂ ਵਿੱਚ ਭਗਦੜ ਮੱਚ ਗਈ। ਥਾਂ ਥਾਂ ਹੀ ਲਾਸ਼ਾਂ ਦੇ ਢੇਰ ਲੱਗ ਗਏ। ਅਮੀਰ ਜਹਾਨ ਖਾਨ ਨੂੰ ਸੋਧਣ ਲਈ ਬਾਬਾ ਜੀ ਦਾ ਇੱਕ ਸਾਥੀ ਭਾਈ ਦਿਆਲ ਸਿੰਘ 500 ਸਿੰਘਾਂ ਸਮੇਤ ਉਸਦੇ ਵੱਲ ਵੈਰੀ ਦਲ ਨੂੰ ਚੀਰਦਾ ਹੋਇਆ ਵਧਿਆ, ਘੋੜੇ ਨੂੰ ਅੱਡੀ ਲਗਾਈ, ਘੋੜਾ ਉਛਲਿਆ ਤੇ ਤਲਵਾਰ ਦੇ ਇੱਕੋ ਵਾਰ ਨਾਲ ਭਾਈ ਦਿਆਲ ਸਿੰਘ ਨੇ ਅਮੀਰ ਜਹਾਨ ਖਾਨ ਦਾ ਸਿਰ ਧੜ ਨਾਲ ਅਲੱਗ ਕਰ ਦਿੱਤਾ। ਸੈਨੇ ਨੂੰ ਸ਼ਾਹੀ ਫੌਜ ਦਾ ਇੱਕ ਹੋਰ ਦਸਤਾ ਜਰਨੈਲ ਅਤਾਈ ਖਾਨ ਨਾਲ ਤਾਜ਼ਾ ਦਮ ਫੌਜ ਲੈ ਕੇ ਆ ਪੁੱਜਾ। ਇੱਕ ਵਾਰੀ ਫਿਰ ਘਮਸਾਨ ਦਾ ਯੁੱਧ ਹੋਇਆ। ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਖੜਕਾਉਂਦੇ ਹੋਏ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧੀ ਜਾ ਰਹੇ ਸਨ। ਉਹਨਾਂ ਦੇ ਸਰੀਰ ਤੇ ਬਹੁਤ ਸਾਰੇ ਫੱਟ ਲੱਗ ਚੁੱਕੇ ਸਨ, ਜਗਵਾਂ ਚ ਲੋਹੂ ਜੋ ਰਿਹਾ ਸੀ, ਪਰ ਬਾਬਾ ਜੀ ਲਗਾਤਾਰ ਅੱਗੇ ਵੱਧਦੇ ਜਾ ਰਹੇ ਸਨ। ਦੁਸ਼ਮਣ ਦਾ ਇੱਕ ਕਮਾਂਡਰ ਅਮਾਨ ਖਾਂ ਅੱਗੇ ਵਧਿਆ, ਬਾਬਾ ਜੀ ਤੇ ਵਾਰ ਕਰਨ ਲੱਗਾ। ਬਾਬਾ ਜੀ ਦੇ ਖੰਡੇ ਨਾਲ ਖੰਡੇ ਨੇ ਉਹਨੂੰ ਵੀ ਥਾਂ ਰੱਖਿਆ, ਪਰ ਉਸਦਾ ਵਾਰ ਵੀ ਖਾਲੀ ਨਹੀਂ ਗਿਆ। ਇੱਕ ਕਰਾਰਾ ਤੱਕ ਬਾਬਾ ਜੀ ਦੀ ਧੌਣ ਤੇ ਲੱਗਾ ਤੇ ਬਾਬਾ ਜੀ ਅਜੇ ਗਿਰਨੇ ਹੀ ਲੱਗੇ ਸਨ। ਬਾਬਾ ਜੀ ਦੇ ਸਾਥੀ ਨੇ ਆਵਾਜ਼ ਮਾਰੀ, ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਗੁਰੂ ਰਾਮਦਾਸ ਜੀ ਦੇ ਘਰ ਨੂੰ ਆਜ਼ਾਦ ਕਰਾ ਕੇ ਹੀ ਸ਼ਹਾਦਤ ਦਾ ਜਾਮ ਪੀਵਾਂਗੇ, ਤੇ ਬਾਬਾ ਜੀ ਨੇ ਖੱਬੇ ਹੱਥ ਨਾਲ ਆਪਣੇ ਸੀਸ ਨੂੰ ਠੱਲਿਆ ਔਰ ਸੱਜੇ ਹੱਥ ਨਾਲ ਕੰਡਾ ਬਾਂਧੇ ਹੋਏ ਫਿਰ ਬਾਬਾ ਜੀ ਆਪਣੀ ਮੰਜ਼ਲੇ ਮਕਸੂਦ ਵੱਲ ਵਧਣੇ ਸ਼ੁਰੂ ਹੋ ਗਏ। ਦੁਸ਼ਮਣ ਨੂੰ ਤਹਿ ਤਹਿ ਕਰਦੇ ਹੋਏ ਬਾਬਾ ਜੀ ਗੁਰਦੁਆਰਾ ਰਾਮਸਰ ਸਾਹਿਬ ਪੁੱਜੇ। ਸਰੋਵਰ ਕੰਢੇ ਪ੍ਰਾਣ ਜਾ ਤਿਆਗੇ, ਉੱਥੇ ਸ਼ਹੀਦ ਗੰਜ ਗੁਰਦੁਆਰਾ ਬਣਿਆ ਹੈ। ਇਉਂ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਿੰਘ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਧਰਮ ਤੇ ਕੌਮ ਦੀ ਸ਼ਾਨ ਬਦਲੇ ਜਾਨਾ ਵਾਰ ਗਏ ਤੇ ਜ਼ਾਲਮਾਂ ਨੂੰ ਦੱਸ ਗਏ ਕਿ ਗੁਰਧਾਮਾਂ ਦੀ ਬੇਅਦਬੀ ਕਰਨ ਵਾਲਿਆਂ ਦਾ ਸਿੰਘ ਕੀ ਹਸ਼ਰ ਕਰਦੇ ਹਨ। ਧੜਤੇ ਸੀਸ ਨਹੀਂ ਬਾਬਾ ਦੀਪ ਸਿੰਘ ਆ ਤੇਰੀ ਰੀਸ ਨਹੀਂ, ਕੋਈ 20 ਨਹੀਂ ਕੋਈ 30 ਨਹੀਂ, ਸਿਰ ਵੱਢਦਾ ਗਿਆ ਹਜ਼ਾਰਾਂ ਦੇ ਸਿੰਘ ਸਿਰ ਕਰਵਾਉਣ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਐਸੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਅੱਜ ਕੇ ਦਿਨ ਸ਼ਹਾਦਤ ਦਾ ਉਹਨਾਂ ਦਾ ਜਨਮ ਦਿਨ ਹੈ, ਸ਼ਹਾਦਤ ਦਾ ਜਾਮ ਪੀ ਕੇ 11 ਨਵੰਬਰ ਸਨ 1757 ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਦਿਨ ਸੀ, ਜਿਸ ਦਿਨ ਉਸ ਦਿਨ ਬਾਬਾ ਦੀਪ ਸਿੰਘ ਜੀ ਨੇ ਵੀ ਸ਼ਹਾਦਤ ਦਾ ਜਾਮ ਪੀ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਇਆ। ਐਸੇ ਮਹਾਨ ਸ਼ਹੀਦ ਦੇ ਯਾਦ ਵਿੱਚ ਅੱਜ ਅਸੀਂ ਜਿੱਥੇ ਨਗਰ ਕੀਰਤਨਾਂ ਵਿੱਚ ਸ਼ਾਮਿਲ ਹੋ ਰਹੇ ਹਾਂ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ, ਉੱਥੇ ਲੋੜ ਹੈ ਕਿ ਉਹਨਾਂ ਦੇ ਪਾਏ ਹੋਏ ਪੂਰਦਿਆਂ ਤੇ ਚੱਲ ਕੇ ਜਿਵੇਂ ਉਹਨਾਂ ਨੇ ਆਪਣੇ ਗੁਰਧਾਮਾਂ ਦੀ ਆਜ਼ਾਦੀ, ਆਪਣੇ ਗੁਰਦੁਆਰਿਆਂ ਦੀ ਆਜ਼ਾਦੀ ਲਈ, ਗੁਰਦੁਆਰਿਆਂ ਦੀ ਮਾਣ ਮਰਯਾਦਾ ਦੇ ਆਪਣਾ ਸ਼ਹਾਦਤ ਦਾ ਜਾਮ ਪੀਤਾ, ਅਸੀਂ ਵੀ ਆਪਣੇ ਗੁਰਧਾਮਾਂ ਦੀ ਆਜ਼ਾਦੀ ਲਈ, ਆਪਣੇ ਗੁਰਦੁਆਰਾ ਸਾਹਿਬਾਨ ਦੀ ਮਾਣ ਮਰਯਾਦਾ ਲਈ ਗੁਰੂ ਪਾਤਸ਼ਾਹ ਤੋਂ ਸੇਧ ਲੈ ਕੇ, ਸ਼ਬਦ ਗੁਰੂ ਤੋਂ ਸੇਧ ਲੈ ਕੇ ਆਪਣੇ ਜੀਵਨ ਵਿੱਚ ਪਲਟਾ ਲਿਆਈਏ ਔਰ ਗੁਰਦੁਆਰਿਆਂ ਦੇ ਵਿੱਚ ਜੋ ਮਨਮਤੀ ਕਰਮ ਹੋ ਰਹੇ ਹਨ, ਜੋ ਗੁਰਦੁਆਰਿਆਂ ਦੇ ਵਿੱਚ ਗੁਰਮਤਿ ਵਿਰੋਧੀ ਗੱਲਾਂ ਹੋ ਰਹੀਆਂ ਹਨ, ਉਹਨਾਂ ਤੋਂ ਅਸੀਂ ਕੌਮ ਦਾ ਖਹਿੜਾ ਛੁਡਾਈਏ, ਵਹਿਮਾ ਭਰਮਾ ਪਖੰਡਾਂ ਵਿੱਚੋਂ ਛੱਡੀਏ। ਜਿਵੇਂ ਬਾਬਾ ਜੀ ਨੇ ਲਕੀਰ ਮਾਰ ਕੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਸੀ ਇੱਧਰ ਜਾਂ ਉੱਧਰ ਦੀ ਲਲਕਾਰ ਦਿੱਤੀ ਸੀ, ਉਸੇ ਤਰ੍ਹਾਂ ਅਸੀਂ ਵੀ ਕੁਛ ਨੌਜਵਾਨ ਉੱਠੀਏ ਜੋ ਬਾਬਾ ਜੀ ਵਾਂਗ ਆਪਣਾ ਪ੍ਰਣ ਕਰਕੇ ਕੌਮ ਦੀ ਚੜ੍ਹਦੀ ਲਈ ਯਤਨਸ਼ੀਲ, ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ ਔਰ ਕੌਮ ਦੇ ਲਈ ਆਪਣੇ ਹੁਣ ਅੱਜ ਲੋੜ ਤਲਵਾਰਾਂ ਜਾਂ ਖੰਡੇ ਵਾਹਣ ਦੀ ਨਹੀਂ, ਅੱਜ ਗਿਆਨੀ ਕੀ ਵੱਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਗੁਹਾਰੇ, ਅਸੀਂ ਗਿਆਨ ਦੀ ਤਲਵਾਰ ਲੈ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ। ਗੁਰੂ ਕਿਰਪਾ ਕਰਨ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੇ ਮੈਂ ਬਾਬਾ ਜੀ ਦੇ
ਬਾਬਤ ਪ੍ਰਕਾਸ਼ ਦਿਹਾੜੇ ਤੇ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ 84 ਚੈਨਲ ਦੇ ਰਾਹੀਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਬੇਨਤੀ ਕਰਾਂਗਾ ਕਿ ਆਓ ਆਪਣੇ ਮਹਾਨ ਵਿਰਸੇ ਨੂੰ ਸੰਭਾਲੀਏ, ਧਰਮ ਪ੍ਰਚਾਰ ਦੇ ਲਈ ਯਤਨਸ਼ੀਲ ਹੋਈਏ ਤਾਂ ਕਿ ਸਾਡੀ ਟੁੱਟੀ ਹੋਈ ਪਨੀਰੀ ਆਪਣੇ ਮਹਾਨ ਵਿਰਸੇ ਨਾਲ ਜੁੜ ਸਕੇ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦੇ ਰਾਹੀਂ, ਸਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਪੂਰੇ ਹਿਸਟੋਰੀਕਲ ਫੈਕਟਸ ਦੇ ਨਾਲ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸ਼ਹੀਦੀ ਸੀ ਉਹਨਾਂ ਦੀ ਸ਼ਖਸੀਅਤ ਸੀ ਉਹਨਾਂ ਦੀ ਕੁਰਬਾਨੀ ਸੀਗੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਸਾਡੀ ਅੱਜ ਜਨਰੇਸ਼ਨ ਨਾਲ ਸਾਂਝੀ ਕੀਤੀ, ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕਿਉਂਕਿ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।